ਕਿੱਦਾਂ ਜੀ ਤੁਹਾਡਾ? ਅਮਨਦੀਪ ਕੌਰ। ਕੀ ਗੱਲ ਹੋਈ ਬੇਟੀ? ਬੇਟੀ ਬਸ ਮੈਂ ਇੱਥੇ ਰਹਿਣ ਵਾਸਤੇ ਆਈ ਸੀ ਬੁੱਧਵਾਰ ਨੂੰ, ਅਤੇ ਮੈਂ ਵਾਪਸ ਜਾ ਰਹੀ ਸੀ, ਗੱਡੀ ਨਾਸ਼ਤਾ ਕਰਦੀ ਪਈ ਹਾਂ, ਬੇਟੀ ਮੇਰੀ ਕਹਿ ਰੋਟੀ ਫੜਾ ਕੇ ਮੈਨੂੰ ਗਈ ਘਰੋਂ, ਪਤਾ ਨਹੀਂ ਲੱਗਾ ਕਿਹੜੇ ਵੇਲੇ ਚੱਲੇਗੀ ਬਾਹਰ ਦੀ। ਕਿਹੜੀ ਜਗ੍ਹਾ 'ਤੇ ਤੁਸੀਂ ਰਹਿੰਦੇ ਜੀ? ਮੈਂ ਲੁਧਿਆਣੇ। ਅਤੇ ਇੱਥੇ ਕੀ ਕਰਨ ਆਏ? ਮੈਂ ਵੈਸੇ ਰਹਿਣ ਆਈ ਸੀ ਇੱਥੇ ਦੋ। ਕੀ ਇੱਥੇ ਤੁਹਾਡੇ ਕੀ ਰਿਸ਼ਤੇਦਾਰੀ ਹੈ? ਇਹ ਮੇਰੇ ਪੇਕੇ ਨੇ। ਲੜਕੀ ਦਾ ਕੀ ਨਾਂ? ਜਗਜੀਤ ਕੌਰ। ਕਿੰਨੀ ਉਮਰ ਆ ਦੀ? 12 ਸਾਲ ਅਤੇ 8 ਮਹੀਨੇ। ਅਤੇ ਜਿੰਨੇ ਵਿਅਕਤੀ ਦੇ ਨਾਲ ਗਈ ਉਹਦਾ ਨਾਂ ਕੀ ਹੈ? ਮਾਮਾ ਆਇਆ ਦਾ ਸਾਰਾ ਗੁਰਭੇਜ ਸਿੰਘ। ਉਹਦੀ ਕਿੰਨੀ ਉਮਰ? ਉਹ 32 ਸਾਲ ਦਾ ਹੈ। ਕੋਈ ਇਸ ਸੰਬੰਧੀ ਦਰਖਾਸਤ ਦਿੱਤੀ ਠਾਣੇ? ਹਾਂਜੀ ਦਰਖਾਸਤ ਦਿੱਤੀ, ਪਰਚਾ ਕਰਾਇਆ ਹੈ। ਕੋਈ ਕਾਰਵਾਈ ਹੋਈ? ਕਾਰਵਾਈ ਕੋਈ ਮੰਨੀ ਡਈ, ਪੁਲਿਸ ਵਾਲੇ ਕਹਿੰਦੇ ਗੱਡੀ ਕਰੋ ਆਪਣੀ ਫਿਰ ਚੱਲਦੇ ਤੁਹਾਡੇ ਨਾਲ। ਕੋਈ ਕਾਰਵਾਈ ਨਹੀਂ? ਨਹੀਂ ਕੋਈ ਸਰਕਾਰ। ਕੀ ਮੰਗ ਕਰਦੇ ਤੇ? ਮੰਗ ਕੋਈ ਵੀ ਨਹੀਂ ਤੁਸੀਂ। ਹਾਂਜੀ ਕੀ ਮੰਗ ਕਰਦੇ? ਮੰਗ ਬਸ ਇਹੀ ਹੈ ਕਿ ਮੇਰਾ ਬੱਚਾ ਵਾਪਸ ਮੈਨੂੰ ਮਿਲੇ ਬਸ। ਕੀ ਨਾਂ ਭਾਈ ਤੁਹਾਡੇ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਸਰ ਜੀ। ਕੀ ਗੱਲ ਹੋਈ ਜਿਹੜੀ ਬੇਟੀ ਨੇ? ਸਰ ਜੀ ਮੇਰੀ ਬੇਟੀ ਆਈ ਹੋਈ ਸੀ ਨਾਨਕੇ ਸਰ, ਸਵੇਰੇ 5 ਵਜੇ ਦਾ ਟਾਈਮ ਸੀ, ਇਹਨਾਂ ਨੇ ਵਾਪਸੀ ਜਾਣਾ ਸੀ, ਅਤੇ 6 ਵਜੇ ਗੱਡੀ ਘਰ ਆ ਕੇ ਲੱਗੀ 6:30 ਵਜੇ। ਉਹਦੇ ਬਾਅਦ ਸਰ ਜੀ ਮੇਰਾ ਜਿਹੜਾ ਪਤਾ ਹੀ ਨਹੀਂ ਲੱਗਾ ਕੁੜੀ ਨਹਾਉਣ ਗਈ ਆ, ਉਹਦੇ ਬਾਅਦ ਕੁੜੀ ਸਾਡੇ ਕੋਲ ਵਾਪਸ ਆਏ ਨਹੀਂ, ਪਤਾ ਨਹੀਂ ਚੱਕ ਕੇ ਲੈ ਗਏ ਨੇ, ਪਤਾ ਨਹੀਂ ਕਿਤਨਾ ਗਈ ਆ, ਸਾਨੂੰ ਇਹ ਨਹੀਂ ਪਤਾ ਜੀ। ਕੁੜੀ ਦੀ ਉਮਰ ਕਿੰਨੀ ਹੈ ਜੀ? ਕੁੜੀ ਦੀ ਉਮਰ 12 ਸਾਲ ਅਤੇ 8 ਮਹੀਨੇ ਦੀ ਆ ਸਰ। ਅਤੇ ਜਿਹੜਾ ਲੈ ਕੇ ਗਿਆ ਵਿਅਕਤੀ ਉਹ ਕੌਣ ਆ, ਕੁੜੀ ਦਾ ਕੀ ਲੱਗਦਾ? ਉਹ ਕੁੜੀ ਦਾ ਸਕਾ ਮਾਮਾ ਲੱਗਦਾ ਜੀ, ਅਤੇ ਉਹਦੀ ਉਮਰ 30-32 ਸਾਲ ਹੈ ਸਰ। ਉਹਦਾ ਅਸੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਅਸੀਂ ਹੀ CCTV ਕੈਮਰੇ ਜਗ੍ਹਾ ਜਗ੍ਹਾ ਫੋਲਦੇ ਫਿਰਦੇ ਹਾਂ। ਜਦੋਂ ਅਸੀਂ 112 ਨੰਬਰ 'ਤੇ ਕਾਲ ਕਰਕੇ ਬੋਲਿਆ ਕਿ ਹਾਂਜੀ ਅਸੀਂ ਇਸ ਤਰ੍ਹਾਂ ਕੰਮ ਕਰ ਲਾਂਗੇ, ਅਸੀਂ ਆਤਮ ਹੱਤਿਆ ਕਰ ਲਾਂਗੇ, ਸਾਡੀ ਇੱਜ਼ਤ ਕੋਈ ਨਹੀਂ ਦੇ। ਉਹਦੇ ਬਾਅਦ ਚੰਡੀਗੜ੍ਹੋਂ ਫੋਨ ਆਉਂਦਾ ਜੀ, ਅਸੀਂ ਤੁਸੀਂ ਕੇਵਲ ਸਿੰਘ ਨਾਲ ਮਿਲੋ ਜਾ ਕੇ। ਲੇਕਿਨ ਅੱਜ 3 ਦਿਨ ਹੋ ਗਏ ਸਰ ਜੀ, ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਸਾਨੂੰ ਲਾਰੇ 'ਤੇ ਲਾਰਾ ਲਾਉਂਦੀ, ਅਤੇ ਕਹਿੰਦੀ ਆ ਸਾਨੂੰ ਕਿ ਤੁਸੀਂ ਆਪਣੀ ਗੱਡੀ ਲੈ ਕੇ ਆਓ ਤਾਂ ਅਸੀਂ ਛਾਪਾ ਮਾਰਨ ਜਾਵਾਂਗੇ, ਸਾਡੇ ਕੋਲ ਸਰਕਾਰੀ ਗੱਡੀ ਹੈ ਨਹੀਂ। ਦੱਸੋ ਸਰ ਜੀ ਇੱਕ ਕੁੜੀ ਚਲੀ ਗਈ ਸਾਡੀ 12.5 ਸਾਲਾਂ ਦੀ, ਅਤੇ ਪੁਲਿਸ ਇਸ ਤਰ੍ਹਾਂ ਸਾਡੇ ਨਾਲ ਨਜਾਇਜ਼ ਧੱਕਾ ਕਰਦੀ, ਸਾਡੀ ਸੁਣਵਾਈ ਕੋਈ ਹੁੰਦੀ ਨਹੀਂ ਸਰ। ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਸਰ ਜੀ ਪੁਲਿਸ ਆਪਣੀ ਕਾਰਵਾਈ ਕਰੇ ਪੂਰੀ, ਠੋਕ ਕੇ ਸਰ ਜੀ ਬੰਦਾ ਅਰੈਸਟ ਹੋਵੇ, ਸਾਡਾ ਬੱਚਾ ਸਾਡੇ ਕੋਲ ਆਵੇ। ਤੁਹਾਡੇ ਇੱਕ ਜੀ ਤੁਹਾਡੇ ਬੇਟੇ ਵੱਲੋਂ ਜਿਹੜੀ ਲੜਕੀ ਨੂੰ ਲੈ ਕੇ ਗਿਆ ਆਪਣੇ ਭਾਂਜੀ ਆਪਦੀ ਨੂੰ, ਕੀ ਕਹਿਣਾ ਤੁਹਾਨੂੰ? ਆਪਣੇ ਵਾਲਾ ਜੋ ਮਰਜ਼ੀ ਕਰ ਦਿਓ। ਤੁਹਾਡੀ ਭਨੇਵੀ ਹੈ? ਬਹੁਤ ਹੀ ਹੱਡੀ। ਤੁਹਾਡਾ ਵੱਡਾ ਲੜਕਾ ਸੀਗਾ ਜੀ? ਹਾਂਜੀ। ਕਰ ਦਿਓ ਭਾਜੀ ਉਹਨੂੰ, ਸਾਡਾ ਕਰ ਦਿਓ ਜੋ ਮਰਜ਼ੀ ਕਰ ਦਿਓ, ਸਾਡੇ ਵੱਲੋਂ ਗਿਆ ਅਸੀਂ ਨਹੀਂ ਕੁਛ ਕਹਿ ਸਕਦੇ। ਅਸੀਂ ਸਰ ਇੱਕ ਪਿੰਡ ਆਸਲੋਤਾੜ ਦੀ ਲੜਕੀ ਜਿਹੜੀ 12 ਸਾਲ ਦੀ ਭੱਜੀ ਹੈ, ਅਤੇ ਕੀ ਸਰਕਾਰ ਬਈ ਇਹਦੀ? ਇਹ ਜੀ ਜਗਜੀਤ ਕੌਰ, ਇਹਦੀ ਸਮੈਕ ਪੁੱਤਰੀ ਮਨਪ੍ਰੀਤ ਸਿੰਘ, ਵਾਸੀ ਸਿਮਲਾਪੁਰੀ ਲੁਧਿਆਣਾ ਦੀ ਰਹਿਣ ਵਾਲੀ ਆ, ਅਤੇ ਆਪਣੇ ਨਾਨਕੇ ਪਿੰਡ ਇੱਥੇ ਆਈ ਸੀਗੀ, ਅਤੇ ਇਹਦਾ ਸਗਾ ਹੀ ਮਾਮਾ ਜਿਹੜਾ ਗੁਰਭੇਜ ਸਿੰਘ ਸਨ ਆਫ ਸਰਦਾਰਾ ਸਿੰਘ ਵਾਸੀ ਆਸਲੋਤਾੜ ਜਿਹੜਾ ਇਹਨੂੰ ਲੈ ਗਿਆ, ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 99/1920 ਅੰਡਰ ਸੈਕਸ਼ਨ 366 IPC ਥਾਣਾ ਬਟੋਆ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ ਆ, ਅਤੇ ਜਲਦੀ ਹੀ ਲੜਕੀ ਨੂੰ ਬਰਾਮਦ ਕੀਤਾ ਜਾਊ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊ। ਸਰ ਪੁਲਿਸ ਵੱਲੋਂ ਕੋਈ ਛਾਪੇਮਾਰੀ ਕੀਤੀ ਜਾ ਰਹੀ? ਛਾਪੇਮਾਰੀ ਕੀਤੀ ਜਾ ਰਹੀ ਹੈ ਜੀ, ਨਾਲ ਕਾਲ ਡਿਟੇਲਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ, ਉਹਦੇ ਸੰਬੰਧ ਵਿੱਚ ਜੋ ਵੀ ਸਾਹਮਣੇ ਆਉਂਦੇ ਜਿਹੜੀਆਂ। Subscribe to our YouTube channel News DNN by clicking the bell icon. Don't forget to like, comment and share.